लैंडमार्क इमीग्रेशन एक बार फिर तो लैके आया है इंटरनेशनल एजुकेशन एक्सपो सितंबर 2019 जिदे तुसी वक-वक कॉलेज दे नुमाइंदियां नू मिल सकते हो। ओवरऑल 6 बैंड ते ऑफर लैटर अप्लाई कर सकते हो सरकारी कॉलेजां च कैनेडा यूएसए जर्मनी बारे इनफॉर्मेशन लै सकते हो स्टार्टिंग फ्रॉम 18 सितंबर नू अमृतसर च 19 सितंबर नू जलंधर च 20 सितंबर नू लुधियाना 21 सितंबर नू चंडीगढ़ 22 सितंबर नू दिल्ली 24 सितंबर वडोदरा और 25 सितंबर नू सूरत विच। ਸਤਿ ਸ਼੍ਰੀ ਅਕਾਲ ਜੀ, ਸਵਾਗਤ ਦੇਸ ਪ੍ਰਦੇਸ਼ ਲੈ ਕੇ ਮੈਂ ਰਣਬੀਰ ਸੰਧੂ ਹਾਜ਼ਰ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਜਨਵਰੀ ਇਨਟੇਕ ਲਈ, ਕੋਈ ਅਸੈਸਮੈਂਟ ਕਰਾਉਣੀ ਹੈ, ਅਵੇਅਰਨੈਸ ਲੈਣੀ ਹੈ, ਉਸ ਚੀਜ਼ ਨੂੰ ਲੈ ਕੇ ਪਾਇਨਰ ਇਮੀਗ੍ਰੇਸ਼ਨ ਵੱਲੋਂ 19 ਤਰੀਕ ਤੋਂ ਲੈ ਕੇ 19 ਸਪਟੈਂਬਰ ਤੋਂ ਲੈ ਕੇ 29 ਤੱਕ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਟੀਮ ਆ ਰਹੀ ਹੈ। ਕਿੱਥੇ ਕਿੱਥੇ ਆਏਗੀ, ਕੀ ਬੈਨੀਫਿਟ ਹੋਣਗੇ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕੁਛ ਵਿਦਿਆਰਥੀ ਗਲਤੀ ਕਰ ਰਹੇ ਨੇ, ਉਹਦੇ ਬਾਰੇ ਵੀ ਚਰਚਾ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ। ਅਤੇ ਨਾਲੋ ਨਾਲ ICCRC ਦੀ ਇੰਪੋਰਟੈਂਸ ਔਰ ਪਾਇਨਰ ਇਮੀਗ੍ਰੇਸ਼ਨ ਕਿਵੇਂ ਕੰਮ ਕਰਦਾ, ਇੱਕ ਵੀਡੀਓ ਜਿਹੜੀ ਅੱਜ ਦੇ ਇਸ ਸ਼ੋਅ ਦੇ ਵਿੱਚ ਵੀ ਅਸੀਂ ਦਿਖਾਵਾਂਗੇ। ਡਾਕਟਰ ਸਾਹਿਬ, ਸਵਾਗਤ ਸਭ ਤੋਂ ਪਹਿਲਾਂ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਸ਼ੋਅ ਤੇ ਸ਼ਰਧਾ ਦੇਣ ਲਈ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾਂ ਦੱਸ ਦਈਏ ਜੀ, 19 ਤਰੀਕ ਨੂੰ ਲੁਧਿਆਣਾ, 22 ਨੂੰ ਚੰਡੀਗੜ੍ਹ, 25 ਨੂੰ ਬਰਨਾਲਾ, 26 ਨੂੰ ਬਠਿੰਡਾ, 27 ਨੂੰ ਪਟਿਆਲਾ ਅਤੇ 29 ਤਰੀਕ ਨੂੰ ਇੱਕ ਵਾਰ ਫਿਰ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਟੀਮ ਜਿਹੜੀ ਆ ਅਵੇਅਰਨੈਸ ਦੇਵੇਗੀ। ਡਾਕਟਰ ਸਾਹਿਬ, ਤੁਸੀਂ ਮਿਲ ਰਹੇ ਹੋ ਲੋਕਾਂ ਨੂੰ, ਜ਼ਿਆਦਾ ਕਮੀ ਕਿੱਥੇ ਹੈਗੀ? ਅੱਜ ਸਟੂਡੈਂਟਸ ਹਲੇ ਵੀ ਕਿਹੜੀ ਗੱਲ ਨਹੀਂ ਸਮਝ ਪਾ ਰਿਹਾ ਇੰਨਾ ਮੀਡੀਆ ਹੋਣ ਦੇ ਬਾਵਜੂਦ? ਦੇਖੋ, ਦੋ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈਗਾ। ਨੰਬਰ ਇੱਕ ਜਿਹੜਾ ਹੈਗਾ ਕੋਲਜਿਸ ਨੂੰ ਲੈ ਕੇ ਮਿਸਗਾਈਡੈਂਸ, ਹਾਲੇ ਵੀ ਬੱਚੇ ਜਿਹੜੇ ਹੈ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਜੇ ਆਪਾਂ ਇਹੋ ਜਿਹੇ ਕੋਲਜ ਦੇ ਵਿੱਚ ਅਪਲਾਈ ਕਰੀਏ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਅਤੇ ਵੀਜ਼ਾ ਲੱਗਣ ਦੇ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੈ। ਕਈ ਵਾਰੀ ਮੇਰੇ ਕੋਲ ਬਹੁਤ ਸਾਰੇ ਰਿਫਿਊਜ਼ਲ ਆਉਂਦੇ ਨੇ ਕਿਉਂਕਿ ਨੈਚੁਰਲੀ ਜਿਹੜੇ ਇਹੋ ਜਿਹੇ ਕੋਲਜ ਦੇ ਵਿੱਚ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਪੜ੍ਹਾਈ ਤੋਂ ਬਾਅਦ, ਉਹਦੀ ਸਕਸੈਸ ਰੇਟ ਬੜਾ ਘੱਟ ਹੈਗਾ। ਔਰ ਰਿਫਿਊਜ਼ਲ ਵਾਲੇ ਆਉਂਦੇ ਤਾਂ ਮੈਂ ਇਹ ਉਹਨਾਂ ਨੂੰ ਕਹਿੰਦਾ ਕਿ ਵੀ ਨਹੀਂ ਲੱਗਿਆ ਚੰਗਾ ਹੋਇਆ, ਲੱਗ ਗਿਆ ਤਾਂ ਉੱਥੇ ਜਾ ਕੇ ਹੋਰ ਔਖੇ ਹੋਣੇ ਪੈਣਾ ਸੀਗਾ, ਨਾ ਇੱਧਰ ਦੇ ਅਤੇ ਨਾ ਉੱਧਰ ਦੇ, ਕਿਉਂਕਿ ਉੱਥੇ ਜਿਹੜਾ ਹੈਗਾ ਅਗਰ ਪੜ੍ਹਾਈ ਕਰਦੇ ਨੇ ਤਾਂ ਖਰਚਾ ਹੁੰਦਾ ਹੈਗਾ, ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਨਹੀਂ ਪੜ੍ਹਾਈ ਕਰਦੇ ਤਾਂ ਅੰਬੈਸੀ ਨੇ ਕੈਨੇਡਾ ਤੋਂ ਵਾਪਸ ਭੇਜਣਾ ਹੈਗਾ, ਅਤੇ ਉਹ ਦਿੱਕਤ ਵਾਲੀ ਗੱਲ ਹੈਗੀ। ਦੂਸਰਾ, ਫੀਸ ਆਫਟਰ ਵੀਜ਼ਾ ਨੂੰ ਲੈ ਕੇ ਜਿਹੜਾ ਹੈਗਾ ਇਹ ਜ਼ਿਆਦਾਤਰ ਉਹੀ ਕੋਲਜਿਸ ਨੇ ਜਿਹੜੇ ਕਿ ਵਰਕ ਪਰਮਿਟ ਨਹੀਂ ਹੁੰਦਾ, ਜਿਹਨਾਂ ਕੋਲ ਨਹੀਂ, ਪੜ੍ਹਾਈ ਤੋਂ ਬਾਅਦ ਜਿਹੜਾ ਹੈਗਾ ਬਿਲਕੁਲ ਅਲਰਟ ਹੋਣ ਦੀ ਜ਼ਰੂਰਤ ਹੈਗੀ ਹੈ। ਹਰ ਵਾਰੀ ਗੱਲ ਕਰਦੇ ਹਾਂ ਅੰਬੈਸੀ, ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਸਾਰੀ ਲਿਸਟ ਹੈਗੀ ਹੈ, ਦੇਖ ਸਕਦੇ ਹੋ ਕਿਹੜਾ ਕੋਲਜ ਕਿਸ ਕੋਲਜ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਹੈਗਾ, ਕਿਹੜਾ ਨਹੀਂ ਹੈਗਾ। ਇਹ ਸਾਰੀ ਜਾਣਕਾਰੀ ਵਾਸਤੇ ਜ਼ਿਆਦਾ ਸਾਡੇ ਆਫਿਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਵਿਜਿਟ ਕਰ ਲਓ, ਜਾਂ ਫਿਰ ਜਿਹੜਾ ਹੈ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਫੇਸਬੁੱਕ ਪੇਜ ਲਾਈਕ ਕਰ ਲਓ ਪਾਇਨੀਅਰ ਇਮੀਗ੍ਰੇਸ਼ਨ ਦਾ, ਜਾਂ ਦੇਸ਼ ਪ੍ਰਦੇਸ਼ ਲਾਈਵ ਜਿਹੜਾ ਟਾਈਮ ਟੀਵੀ ਦਾ ਜਿਹੜਾ ਚੈਨਲ, ਉਸ ਦੇ ਵਿੱਚ ਜਿਹੜੇ ਸਾਰੇ ਇਸ ਤਰ੍ਹਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ। ਔਰ ਵੈਬਸਾਈਟ ਸਾਡੀ pioneerimmigration.com, ਉੱਥੇ ਜਾ ਕੇ ਜਿਹੜੀ ਹੈ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਰੀ ਮਿਲ ਜਾਏਗੀ। ਫੰਡਸ ਨੂੰ ਲੈ ਕੇ ਜਿਹੜਾ ਹੈ ਸੰਧੂ ਸਾਹਿਬ, ਮੈਂ ਹੈਰਾਨ ਹੈਗਾ ਕਿੱਥੇ ਦੁਨੀਆ ਪਹੁੰਚ ਗਈ। ਮਤਲਬ SPP 2009 ਦੇ ਵਿੱਚ ਚੱਲਿਆ, June 18 'ਚ ਜਿਹੜਾ ਹੈ SDS ਵਿੱਚ ਆ ਗਿਆ, ਫੰਡਸ ਦਾ ਕੋਈ ਮਤਲਬ ਨਹੀਂ ਹੈ। ਬੜੇ ਸਾਰੇ ਸਟੂਡੈਂਟਸ ਮੈਨੂੰ ਸੈਮੀਨਾਰਾਂ 'ਤੇ ਮਿਲਦੇ ਨੇ ਕਿ ਕਿਸੇ ਕੰਸਲਟੈਂਟ ਨੇ ਕਹਿ ਤਾ ਜੀ ਉਹਦੇ 'ਚ 1,500,000 ਸ਼ੋ ਕਰਨੇ ਪੈਣੇ ਆ ਫੰਡਸ, ਬੱਚੇ ਕੋਲ ਹੈ ਨਹੀਂ, ਅਤੇ ਕਹਿੰਦੇ ਜੀ 1,00,000 ਲੱਗਣਾ ਤੁਹਾਡਾ ਫੰਡਸ, ਅਸੀਂ ਸ਼ੋ ਕਰ ਦਾਂਗੇ, ਅਤੇ ਕਹਿ ਕੇ ਜਿਹੜਾ 1,00,000 ਲੈ ਲਿਆ। ਬਾਅਦ ਦੇ ਵਿਗ਼ ਉਹ ਰਿਫਿਊਜ਼ ਵੀ ਹੋ ਗਿਆ ਕੇਸ 'ਤੇ, ਉਹ 1,00,000 ਦੀ ਠੱਗੀ ਵੀ ਵੱਜ ਗਈ, ਅਤੇ ਇਹੋ ਜਿਹੇ ਹੀ ਕਹਿ ਕੇ ਜਿਹੜਾ ਹੈਗਾ, ਜਿਹੜਾ ਨਹੀਂ ਐਲੀਜੀਬਲ ਸਟੂਡੈਂਟ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਤੂੰ ਬੈਂਡ ਇੰਪਰੂਵ ਕਰ ਲੈ, ਜਾਂ ਵੀਜ਼ਾ ਚਾਂਸਿਸ ਲੋਅ ਹੋਣਗੇ, ਜਾਂ ਤੇਰਾ ਨਹੀਂ ਬਣਦਾ। ਮੈਂ ਇਹ ਵੀ ਕਹਿ ਦਿੰਦਾ ਵੀ ਜਿਹਨਾਂ ਦੇ 5 ਬੈਂਡ ਨੇ ਆਈਲੈਟਸ ਦੇ ਵਿੱਚ, ਮੈਂ ਕਹਿ ਦਿੰਦਾ 6 ਮਹੀਨੇ ਸਾਲ ਅੰਗਰੇਜ਼ੀ ਦੀ ਜਿਹੜੀ ਹੈ ਇੰਗਲਿਸ਼ ਦੀ ਤਿਆਰੀ ਕਰਕੇ ਬੈਂਡ ਇੰਪਰੂਵ ਕਰ ਲਓ, ਅਤੇ ਤਾਂ ਕਿ ਆਪਣਾ ਫਿਊਚਰ ਜਿਹੜਾ ਬ੍ਰਾਈਟ ਹੋ ਜਾਵੇ। ਇਹੋ ਜਿਹੇ ਸਾਡੇ ਮਨਾ ਕੀਤੇ ਹੋਏ ਜਿਹੜੇ ਜਾਂ ਜਿਹਨਾਂ ਨੂੰ ਕਹਿ ਦਿੰਦੇ ਕਿ ਇੰਪਰੂਵਮੈਂਟ ਟਾਈਮ ਲੱਗੇਗਾ ਥੋੜ੍ਹਾ ਜਿਹਾ, ਅਤੇ ਇੰਪਰੂਵ ਕਰ ਲਓ, ਇਹੋ ਜਿਹਿਆਂ ਨੂੰ ਦੂਜੇ ਕੰਸਲਟੈਂਟ ਲੈ ਲੈਂਦੇ ਨੇ ਕਿਉਂਕਿ 1,00,000 ਠੱਗੀ ਦੇ ਜਿਹੜਾ ਹੈ ਇਸ ਫੰਡਸ ਦੇ ਨਾਂ 'ਤੇ 10-20-50,000 ਹੋਰ ਕਹਿ ਕੇ ਲੈ ਲਿਆ, 10-20-50,000 ਦੋ ਨੰਬਰ ਦੀ। ਸੋ ਇਸ ਤਰ੍ਹਾਂ ਦਾ ਜਿਹੜਾ, ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਓ ਜੀ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਹੋਰ ਗੱਲ ਕਰੀਏ, PT ਵਾਲੇ ਬੱਚਿਆਂ ਦਾ ਸਵਾਲ ਹੈਗਾ ਕਿ ਐਕਸੈਪਟੇਬਲ ਹੋਏਗੀ PT ਕੈਨੇਡਾ ਦੇ ਵਿੱਚ? ਬਿਲਕੁਲ ਸੰਧੂ ਸਾਹਿਬ, PTE ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਔਰ ਸਕਸੈਸ ਰੇਟ ਬਹੁਤ ਹਾਈ ਹੈਗਾ, ਕੋਈ ਪ੍ਰੋਬਲਮ ਨਹੀਂ। ਬੱਚਾ ਬਹੁਤ ਸਾਰੇ ਕੋਲਜਿਸ ਯੂਨੀਵਰਸਿਟੀਜ਼ ਐਕਸੈਪਟ ਕਰਦੇ ਨੇ, ਲੇਕਿਨ ਅਲੱਗ ਅਲੱਗ ਜਿਹੜੀ ਹੈ ਰਿਕੁਆਇਰਮੈਂਟ ਉਹਨਾਂ ਦੀ ਹੈਗੀ ਹੈ। ਆਪਾਂ ਤੁਹਾਡੇ PT ਦਾ ਸਕੋਰ ਕਿੰਨਾ ਹੈਗਾ, ਕਿਹੜੇ ਕੋਲਜ ਯੂਨੀਵਰਸਿਟੀ 'ਚ ਐਕਸੈਪਟੇਬਲ ਹੈ ਜਾਂ ਨਹੀਂ, ਇਸ ਚੀਜ਼ ਨੂੰ ਦੇਖਣਾ ਪੈਣਾ, ਸੈਮੀਨਾਰ 'ਤੇ ਮਿਲ ਸਕਦੇ ਹੋ। 5.5 ਬੈਂਡ ਇੱਕ ਮੋਡਿਊਲ 'ਚ
ਕੋਈ ਪ੍ਰੋਬਲਮ ਨਹੀਂ ਜੀ, ਇੱਕ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈ, ਦੋ ਦੇ ਵਿੱਚ ਹੁਣ ਉਹਨਾਂ ਦੇ ਵੀ ਵੀਜ਼ੇ ਲੱਗਦੇ ਆ, ਥੋੜ੍ਹਾ ਜਿਹਾ ਸਕਸੈਸ ਰੇਟ ਜਿਹੜਾ ਐਸ ਡੀ ਐਸ ਦੇ ਮੁਕਾਬਲੇ ਘੱਟ ਹੈ, ਫਿਰ ਵੀ ਮੈਂ ਕਹਿੰਦਾ ਕਿ ਦੁਬਾਰਾ ਆਈਲੈਟਸ ਦੇ ਕੇ ਜਾਂ ਆਪਣਾ ਕਾਲਜ ਦੀ ਪ੍ਰੋਸੈਸਿੰਗ ਸ਼ੁਰੂ ਕਰ ਦਿਉ, ਕਾਲਜ ਦੇ ਵਿੱਚ ਐਪਲੀਕੇਸ਼ਨ ਪਾਵਾਂਗੇ, ਮਹੀਨਾ ਦੋ ਮਹੀਨੇ ਲੱਗਣਗੇ ਸਾਰੇ ਅੰਬੈਸੀ 'ਚ ਫਾਈਲ ਲਾਉਣ ਨੂੰ, ਉਸ ਟਾਈਮ ਦੇ ਵਿੱਚ ਬੱਚਾ ਇੰਪਰੂਵ ਕਰ ਲਈ ਜਾਂ ਇੰਪਰੂਵ ਕਰਕੇ ਆ ਜਾਓ, ਅਤੇ ਤਾਂ ਕਿ ਬਹੁਤ ਜ਼ਿਆਦਾ 97% ਐਸ ਡੀ ਐਸ ਦਾ ਸਕਸੈਸ ਰੇਟ ਉਹਦਾ ਫਾਇਦਾ ਚੱਕ ਲਈਏ। ਨਹੀਂ ਆਏ ਤਿੰਨ ਚਾਰ ਵਾਰੀ ਅਪੀਅਰ ਹੋ ਗਏ, ਨਹੀਂ ਆਈਲੈਟਸ ਬੈਂਡ ਵਧੇ ਜਾਂ ਬੱਚਾ ਕਰਨਾ ਨਹੀਂ ਚਾਹੁੰਦਾ, ਇੱਕ ਬੈਂਡ ਜਾਂ ਦੋ ਬੈਂਡ ਦੇ ਵਿੱਚ ਦੋ ਮੋਡਿਊਲ ਦੇ ਵਿੱਚ ਜਿਹੜੇ ਨੇ ਸਾਡੇ ਪੰਜ ਨੇ ਅਤੇ ਬੜੇ ਜ਼ਿਆਦਾ ਵੀਜ਼ੇ ਲੱਗਦੇ ਪਏ ਨੇ, ਕੋਈ ਪ੍ਰੋਬਲਮ ਨਹੀਂ ਜੀ। ਥੈਂਕ ਯੂ ਡਾਕਟਰ ਸਾਹਿਬ। ਹੁਣ ਇੱਕ ਵੀਡੀਓ ਦਿਖਾਵਾਂਗੇ ਜੀ, 15 ਮਿੰਟ ਦੀ ਵੀਡੀਓ ਹੈ, ਜਿਹਦੇ ਵਿੱਚ ਸਟੈਪ ਬਾਏ ਸਟੈਪ ਤੁਸੀਂ ਸਿੱਖਣਾ ਕੈਨੇਡਾ ਜਾਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਪਾਇਨੀਅਰ ਇਮੀਗ੍ਰੇਸ਼ਨ ਦੀ ਕੀ ਖਾਸ ਸਰਵਿਸ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਿਹੜੇ ਵਿਦਿਆਰਥੀ ਕੈਨੇਡਾ ਨਹੀਂ ਜਾ ਪਾ ਰਹੇ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਨੂੰ ਲੈ ਕੇ ਪਾਇਨੀਅਰ ਦੀ ਕੀ ਸਰਵਿਸ ਰਹੇਗੀ, ਪਰ ਇਹਨਾਂ ਵੀਡੀਓ ਕਲਿੱਪਸ ਤੋਂ ਬਾਅਦ। ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, USA ਅਤੇ UK ਇਹ ਉਹ ਡੈਸਟੀਨੇਸ਼ਨਸ ਹਨ ਜਿੱਥੇ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਸਟੂਡੈਂਟਸ ਪੜ੍ਹਨ ਅਤੇ ਪੱਕੇ ਵਸਨੀਕ ਬਣਨ ਆਉਂਦੇ ਹਨ, ਆਪਣੀ ਕਿਸਮਤ ਵੀ ਆਜ਼ਮਾਉਂਦੇ ਹਨ। ਇਹੀ ਨਹੀਂ, ਇਹ ਡੈਸਟੀਨੇਸ਼ਨਸ ਸਟੂਡੈਂਟਸ ਦਾ ਦਿਲ ਖੋਲ੍ਹ ਕੇ ਸਵਾਗਤ ਵੀ ਕਰਦੇ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਯੂਥ ਦਾ ਬਹੁਤ ਵੱਡਾ ਹਿੱਸਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਹਨਾਂ ਦੇਸ਼ਾਂ 'ਚ ਦਸਤਕ ਦੇਣ ਬਾਰੇ ਸੋਚਦਾ ਹੈ, ਕੋਸ਼ਿਸ਼ ਕਰਦਾ ਹੈ, ਲੇਕਿਨ ਕਈ ਵਾਰੀ ਗਲਤ ਏਜੰਟਸ ਜਾਂ ਇਮੀਗ੍ਰੇਸ਼ਨ ਕੰਪਨੀਜ਼ ਦੇ ਹੱਥੇ ਚੜ੍ਹ ਕੇ ਇਹ ਸਟੂਡੈਂਟਸ ਆਪਣਾ ਵਕਤ ਵੀ ਬਰਬਾਦ ਕਰਦੇ ਹਨ ਅਤੇ ਪੈਸਾ ਵੀ। ਇਹਨਾਂ ਡੈਸਟੀਨੇਸ਼ਨਸ 'ਚੋਂ ਜੇ ਪੰਜਾਬੀ ਯੂਥ ਦੇ ਸਭ ਤੋਂ ਪਸੰਦੀਦਾ ਦੇਸ਼ ਦੀ ਗੱਲ ਕਰੀਏ ਤਾਂ ਪੰਜਾਬੀ ਯੂਥ ਦਾ ਸਟੱਡੀਜ਼ ਲਈ ਫੇਵਰੇਟ ਡੈਸਟੀਨੇਸ਼ਨ ਹੈ ਕੈਨੇਡਾ। ਆਖਿਰ ਹੋਵੇ ਵੀ ਕਿਉਂ ਨਾ, ਪੰਜਾਬੀਆਂ ਨੂੰ ਪੰਜਾਬ ਵਾਲਾ ਮਾਹੌਲ ਅਤੇ ਬਿਹਤਰੀਨ ਕੋਰਸਿਸ ਕੇਟਰ ਕਰਦੇ ਹਨ ਕੈਨੇਡਾ ਦੇ ਇੰਸਟੀਟਿਊਸ਼ਨਸ। ਇਹਨਾਂ ਇੰਸਟੀਟਿਊਸ਼ਨਸ 'ਚ ਐਡਮਿਸ਼ਨ ਲੈਣ ਦੀ ਪ੍ਰੋਸੈਸ ਲਈ ਇੱਕ ਸਹੀ ਐਕਸਪਰਟ ਦੀ ਸਲਾਹ ਬਹੁਤ ਜ਼ਰੂਰੀ ਹੈ, ਪਰ ਵਿਦੇਸ਼ ਜਾਣ ਲਈ ਕਈ ਵਾਰੀ ਸਾਡਾ ਯੂਥ ਗਲਤ ਇਮੀਗ੍ਰੇਸ਼ਨ ਏਜੰਟਸ ਦੇ ਹੱਥੇ ਚੜ੍ਹ ਕੇ ਆਪਣਾ ਟਾਈਮ, ਪੈਸਾ ਅਤੇ ਆਪਣਾ ਭਵਿੱਖ ਖਰਾਬ ਕਰਦੇ ਹਨ। ਆਏ ਦਿਨ ਅਸੀਂ ਨਿਊਜ਼ ਪੇਪਰਸ ਅਤੇ TV ਚੈਨਲਸ 'ਤੇ ਧੋਖੇਬਾਜ਼ਾਂ ਦੀਆਂ ਲੱਖਾਂ ਰੁਪਿਆਂ ਦੇ ਧੋਖੇ ਦੇਣ ਦੀਆਂ ਖਬਰਾਂ ਵੇਖਦੇ ਹਾਂ, ਲੇਕਿਨ ਸਵਾਲ ਇਹ ਵੀ ਹੈ ਕਿ ਇਹ ਫਰੌਡਸ ਤੋਂ ਕਿੱਦਾਂ ਬਚਿਆ ਜਾਵੇ। ਅਤੇ ਜ਼ਿਆਦਾ ਵਕਤ ਨਾ ਲੈਂਦੇ ਹੋਏ, ਸਭ ਤੋਂ ਪਹਿਲਾਂ ਜੋ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਹਨ ਉਹਨਾਂ ਲਈ ਅਗਲੇ ਕੁਝ ਮਿੰਟ ਬਹੁਤ ਹੀ ਇੰਪੋਰਟੈਂਟ ਹਨ। ਵਿਦੇਸ਼ ਜਾਣ ਲਈ ਬਹੁਤ ਸਾਰੀ ਇਮੀਗ੍ਰੇਸ਼ਨ ਕੰਪਨੀਜ਼ ਅਤੇ ਏਜੰਟਸ ਲੋਕਾਂ ਤੋਂ ਇਹ ਕਹਿ ਕੇ ਪੈਸਾ ਲੈਂਦੇ ਹਨ ਕਿ ਉਹ ਉਹਨਾਂ ਦੀ ਫਾਈਲ ਪ੍ਰੋਸੈਸ ਕਰ ਦੇਣਗੇ। ਪਰ ਤੁਹਾਡੀ ਜਾਣਕਾਰੀ ਲਈ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡੀਅਨ ਗਵਰਨਮੈਂਟ ਦੇ ਰੂਲਸ ਦੇ ਮੁਤਾਬਕ ICCRC ਯਾਨੀ ਕਿ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕੌਂਸਲ ਦੇ ਮੈਂਬਰਸ ਤੁਹਾਡੇ ਵੱਲੋਂ ਵੀਜ਼ਾ ਫਾਈਲ ਕਰਨ ਦੇ ਆਥੋਰਾਈਜ਼ਡ ਏਜੰਟ ਹਨ। www.iccrc-cricic.ca ਨੂੰ ਲੌਗਇਨ ਕਰਨ ਦੇ ਬਾਅਦ ਪਹਿਲੇ ਪੇਜ 'ਤੇ ਜੇ ਤੁਸੀਂ ਹੂ ਵੀ ਆਰ 'ਤੇ ਕਲਿੱਕ ਕਰੋਗੇ ਤਾਂ ਉੱਥੇ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ ਕਿ ICCRC ਕੈਨੇਡਾ ਅੰਬੈਸੀ ਵੱਲੋਂ ਬਣਾਈ ਅਤੇ ਕੈਨੇਡਾ ਗਵਰਨਮੈਂਟ ਵੱਲੋਂ ਡੈਜ਼ੀਗਨੇਟਿਡ ਬਾਡੀ ਹੈ, ਜਿਸ ਦੇ ਮੈਂਬਰਸ ਕੈਨੇਡਾ ਸਰਕਾਰ ਅਤੇ ਕੈਨੇਡਾ ਅੰਬੈਸੀ ਵੱਲੋਂ ਆਥੋਰਾਈਜ਼ਡ ਹਨ ਤੁਹਾਨੂੰ ਵੀਜ਼ਾ ਸੰਬੰਧੀ ਸਲਾਹ ਦੇਣ ਅਤੇ ਤੁਹਾਡੇ ਕੇਸ ਅੰਬੈਸੀ ਵਿੱਚ ਲੈਣ ਲਈ। ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਕੰਪਨੀ ਜਾਂ ਏਜੰਟ ਕੋਲ ਬੈਠੇ ਹੋ ਜੋ ਆਪਣੇ ਆਪ ਨੂੰ ਕੈਨੇਡਾ ਵੀਜ਼ਾ ਲਾਉਣ ਲਈ ਆਥੋਰਾਈਜ਼ਡ ਏਜੰਟ ਜਾਂ ਇਮੀਗ੍ਰੇਸ਼ਨ ਕੰਪਨੀ ਕਹਿੰਦਾ ਹੈ ਤਾਂ ਉਸਨੂੰ ਪੈਸੇ ਦੇਣ ਤੋਂ ਪਹਿਲਾਂ ਤੁਸੀਂ ਉਸ ਬਾਰੇ ਕ੍ਰੋਸ ਚੈੱਕ ਕਰੋ ਕਿ ਵਾਕਈ ਇਹ ICCRC ਮੈਂਬਰ ਹੈ ਵੀ ਜਾਂ ਨਹੀਂ। ਇਸ ICCRC ਦੀ ਵੈਬਸਾਈਟ 'ਤੇ ਕਲਿੱਕ ਕਰਦੇ ਹੀ ਜੇ ਤੁਸੀਂ ਫਾਈਂਡ ਅ ਪ੍ਰੋਫੈਸ਼ਨਲ ਨੂੰ ਕਲਿੱਕ ਕਰੋਗੇ ਤਾਂ ਉੱਥੇ ਅਲਫਾਬੈਟਿਕਲੀ ਉਸ ਏਜੰਟ ਦਾ ਲਾਸਟ ਅਤੇ ਫਸਟ ਨੇਮ ਪਾਉਂਦੇ ਹੀ ਤੁਹਾਡੇ ਸਾਹਮਣੇ ਆ ਜਾਏਗਾ ਕਿ ਇਹ ਸਹੀ ਏਜੰਟ ਹੈ ਜਾਂ ਨਹੀਂ। ਇਹੀ ਨਹੀਂ, ਕੈਨੇਡੀਅਨ ਅੰਬੈਸੀ ਦੀ ਵੈਬਸਾਈਟ www.cic.gc.ca ਤੇ ਜਾ ਕੇ ਜੇ ਤੁਸੀਂ ਸਰਚ ਬਾਕਸ ਵਿੱਚ ਆਥੋਰਾਈਜ਼ਡ ਰਿਪ੍ਰੈਜ਼ੈਂਟੇਟਿਵ ਲਿਖ ਕੇ ਸਰਚ ਕਰਦੇ ਹੋ ਤਾਂ ਇੱਥੇ ਦਿੱਤੇ ਲਿੰਕ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ ਕਿ ICCRC ਦੇ ਮੈਂਬਰਸ ਪੈਰਾਲੀਗਲ ਲੋਇਰਸ ਅਤੇ ਕਿਊਬਿਕ ਦੇ ਨੋਟਰੀਜ਼ ਹੀ ਆਥੋਰਾਈਜ਼ਡ ਰਿਪ੍ਰੈਜ਼ੈਂਟੇਟਿਵਸ ਹਨ ਤੁਹਾਡੀ ਫਾਈਲ ਅੰਬੈਸੀ 'ਚ ਲਾਉਣ ਲਈ। ਅਤੇ ਇੱਥੇ ਮੌਜੂਦ ICCRC ਲਿੰਕ ਵੀ ਸਿੱਧੇ ICCRC ਦੀ ਵੈਬਸਾਈਟ 'ਤੇ ਤੁਹਾਨੂੰ ਲੈ ਕੇ ਜਾਂਦਾ ਹੈ।
ਜਿਸ ਵਿੱਚ ਤੁਸੀਂ ਆਥੋਰਾਈਜ਼ਡ ਏਜੰਟ ਦਾ ਨਾਮ ਸਰਚ ਕਰ ਸਕਦੇ ਹੋ। ਇਹ ਸਾਰੀ ਇਨਫੋਰਮੇਸ਼ਨ ਦੇਣ ਦਾ ਮਕਸਦ ਸੀ ਤੁਹਾਨੂੰ ਸਹੀ ਅਤੇ ਗਲਤ ਏਜੰਟ ਦੀ ਪਹਿਚਾਣ ਕਰਵਾਉਣਾ ਅਤੇ ਇਮੀਗ੍ਰੇਸ਼ਨ ਫਰਾਡ ਤੋਂ ਬਚਾਉਣਾ। ਹੁਣ ਤੁਹਾਨੂੰ ਮਿਲਵਾਉਂਦੇ ਹਾਂ ਪੰਜਾਬ ਦੇ ਇੱਕ ਬਹੁਤ ਹੀ ਜਾਣੇ ਮਾਣੇ ਜੈਨੂਇਨ ICCRC ਲਾਇਸੈਂਸ ਹੋਲਡਰ, ਜੋ ਬਹੁਤ ਸਾਲਾਂ ਤੋਂ ਸਾਫ਼ ਸੁਥਰੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਲੋਕਾਂ ਨੂੰ ਪੇਸ਼ ਕਰ ਰਹੇ ਹਨ, ਜਿਨ੍ਹਾਂ ਦਾ ਮੰਤਵ ਹੈ ਵਿਦੇਸ਼ ਜਾਣ ਦੇ ਚਾਹਵਾਨ ਸਟੂਡੈਂਟਸ ਅਤੇ ਉਹਨਾਂ ਦੇ ਮਾਪਿਆਂ ਨੂੰ ਵੀਜ਼ਾ ਦੀ ਸਹੀ ਰਾਹ ਵਿਖਾਉਣਾ। ਆਪਣੀ ਕੜੀ ਮਿਹਨਤ ਅਤੇ ਇਮਾਨਦਾਰੀ ਨਾਲ ਇਮੀਗ੍ਰੇਸ਼ਨ ਬਿਜ਼ਨਸ 'ਚ ਇਹਨਾਂ ਨੇ ਆਪਣਾ ਬਹੁਤ ਵੱਡਾ ਨਾਂ ਬਣਾ ਲਿਆ। ਉਹ ਹਨ ਡਾਕਟਰ ਰਵੀ ਗਰਗ, ਜੋ ਕਿ ਸੀਨੀਅਰ ਡਾਇਰੈਕਟਰ ਹਨ ਪਾਇਨੀਅਰ ਇਮੀਗ੍ਰੇਸ਼ਨ ਦੇ। ਡਾਕਟਰ ਰਵੀ ਗਰਗ ਇੱਕ ਮੈਡੀਕਲ ਡਾਕਟਰ ਸੀ, ਪਰ ਇਮੀਗ੍ਰੇਸ਼ਨ ਪ੍ਰੋਫੈਸ਼ਨ ਲਈ ਪਿਆਰ ਨੇ ਇਹਨਾਂ ਨੂੰ ICCRC ਲਾਇਸੈਂਸ ਮੈਂਬਰਸ ਦੀ ਗਿਣਤੀ ਵਿੱਚ ਖੜਾ ਕਰ ਦਿੱਤਾ। ਇਹਨਾਂ ਦੇ ਕਾਫੀ ਰਿਸਰਚ ਵਰਕ ਅਤੇ ਕੜੀ ਮਿਹਨਤ ਨਾਲ ਪਾਇਨੀਅਰ ਇਮੀਗ੍ਰੇਸ਼ਨ ਦੀ ਸ਼ੁਰੂਆਤ 2003 ਚ ਹੋਈ। 2003 ਦੇ ਵਿੱਚ ਪਾਇਨੀਅਰ ਇਮੀਗ੍ਰੇਸ਼ਨ ਅਸੀਂ ਸ਼ੁਰੂ ਕੀਤੀ ਸੀਗੀ, ਇਹ ਮੋਟੋ ਲੈ ਕੇ ਕਿ ਅਸੀਂ ਰੋਜ਼ ਦੇਖਦੇ ਹਾਂ ਇਮੀਗ੍ਰੇਸ਼ਨ ਫੀਲਡ ਤੋਂ ਲੋਕ ਬਹੁਤ ਸ਼ੱਕੀ ਕਿਸਮ ਦਾ ਫੀਲਡ ਹੈਗਾ, ਲੋਕ ਬਹੁਤ ਡਰਦੇ ਹੈ, ਲੱਖਾਂ ਰੁਪਏ ਇਨਵੋਲਵ ਹੁੰਦੇ ਨੇ ਔਰ ਲੋਕਾਂ ਨੂੰ ਡਰ ਹੁੰਦਾ ਹੈ ਕਿ ਪੈਸੇ ਦਾ ਗਬਨ ਹੋਏਗਾ, ਪਰੇਸ਼ਾਨੀ ਹੋਏਗੀ। ਸੋ ਇਸ ਕਰਕੇ ਇਹ ਮੋਟੋ ਲੈ ਕੇ ਕਿ ਲੋਕਾਂ ਨੂੰ ਸਾਫ਼ ਸੁਥਰਾ ਵਧੀਆ ਕੰਮ ਦੇਈਏ, ਲੋਕਾਂ ਨੂੰ ਇਹ ਡਰ ਨਾ ਹੋਏ ਔਰ ਆਪਣੇ ਬਿਨਾਂ ਡਰ ਤੋਂ ਬੇਝਿਜਕ ਹੋ ਕੇ ਨਿਸ਼ਚਿੰਤ ਹੋ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੀ ਜਿਹੜੇ ਬਾਹਰ ਸਟੂਡੈਂਟ ਵੀਜ਼ਾ ਜਾਂ ਪਰਮਾਨੈਂਟ ਇਮੀਗ੍ਰੇਸ਼ਨ 'ਤੇ ਜਾਂ ਇਨਵੈਸਟਰ ਕੈਟੇਗਰੀ ਦੇ ਬਾਹਰ ਚਲੇ ਜਾਣ। ਇਹ ਮੋਟੋ ਲੈ ਕੇ ਅਸੀਂ ਸ਼ੁਰੂ ਕੀਤੀ ਸੀ। ਸਾਡਾ ਨਾਰਾ ਹੈ ਔਰ ਲਾਈਨ ਹੈ, ਹਿੱਟ ਲਾਈਨ ਹੈ ਜਿਹੜੀ ਕਿ ਵੀ ਆਰ ਡਿਫਰੈਂਟ। ਅੱਜ ਅਸੀਂ ਕਈ ਸਾਲਾਂ ਦੇ ਵਿੱਚ 2003 ਤੋਂ ਲੈ ਕੇ ਅੱਜ ਜਿਹੜਾ ਕੰਮ ਕੀਤਾ ਹੈ ਇੰਨੇ ਸਾਲਾਂ ਦੇ ਵਿੱਚ, ਉਸ ਦੇ ਸਦਕੇ ਕਲਾਇੰਟਸ ਪੰਜਾਬ ਦੇ ਲੋਕ, ਸਾਰੇ ਇੰਡੀਆ ਦੇ ਲੋਕ ਜਿਹੜੇ ਸਾਡੇ ਕੋਲੋਂ ਹਜ਼ਾਰਾਂ ਲੋਕ ਕੰਮ ਕਰਾ ਚੁੱਕੇ ਨੇ ਔਰ ਕਰਾ ਰਹੇ ਨੇ, ਉਹ ਆਪਣੇ ਤੌਰ 'ਤੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਡਿਫਰੈਂਟ ਹੈਗੇ ਹੋ। ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਇਹ ਡਿਫਰੈਂਟ ਨੇ, ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਹੈ ਡਿਫਰੈਂਟ ਹੈਗੀ ਹੈ ਦੈਨ ਅਦਰਸ, ਇੱਥੇ ਆ ਕੇ ਕਿਸੇ ਤਰ੍ਹਾਂ ਦੀ ਚਿੰਤਾ ਦੀ ਜ਼ਰੂਰਤ ਨਹੀਂ ਹੁੰਦੀ। ਇਸ ਕੰਪਨੀ ਨੂੰ ਸ਼ੁਰੂ ਕਰਨ ਪਿੱਛੇ ਡਾਕਟਰ ਸਾਹਿਬ ਦਾ ਇੱਕ ਅਤੇ ਸਿਰਫ ਇੱਕ ਮਕਸਦ ਸੀ, ਸੱਚਾਈ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਸਟੂਡੈਂਟਸ ਅਤੇ ਉਹਨਾਂ ਦੇ ਮਾਪਿਆਂ ਨੂੰ ਸਹੀ ਰਾਹ ਵਿਖਾਉਣਾ। ਇਹੀ ਨਹੀਂ, ਸਾਲ 2007 'ਚ ਡਾਕਟਰ ਸਾਹਿਬ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਾਅ ਦਾ ਪ੍ਰੋਗਰਾਮ ਪਾਸ ਕਰਨ ਤੋਂ ਬਾਅਦ ਆਥੋਰਾਈਜ਼ਡ ਰਿਪ੍ਰੈਜੈਂਟੇਟਿਵਸ ਆਫ ਇਮੀਗ੍ਰੇਸ਼ਨ ਬਾਈ ਕੈਨੇਡਾ ਗਵਰਨਮੈਂਟ ਦਾ ਟੈਸਟ ਵੀ ਪਾਸ ਕੀਤਾ, ਜਿਸ ਨੂੰ ਪਾਸ ਕਰਨਾ ਬਹੁਤ ਵੱਡੀ ਚੁਣੌਤੀ ਭਰਿਆ ਹੈ। ਕੈਨੇਡਾ ਦੀ ਗੱਲ ਕਰੀਏ ਤਾਂ ਇਹ ਸਿਰਫ ICCRC ਮੈਂਬਰ ਹੀ ਲੀਗਲੀ ਆਥੋਰਾਈਜ਼ ਨੇ, ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ੀਗਨੇਟਿਡ ਬਾਡੀ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਊਂਸਲ, ਉਸ ਦੇ ਮੈਂਬਰ ਹੀ ਸਿਰਫ ਲੀਗਲੀ ਆਥੋਰਾਈਜ਼ ਨੇ ਕੈਨੇਡਾ ਅੰਬੈਸੀ ਔਰ ਕੈਨੇਡੀਅਨ ਗੌਰਮੈਂਟ ਤੋਂ ਆਪਣੇ ਕਲਾਇੰਟਸ ਦੇ ਕੇਸਿਸ ਕੈਨੇਡੀਅਨ ਅੰਬੈਸੀ ਦੇ ਵਿੱਚ ਰੈਪ੍ਰਜੈਂਟ ਕਰਨ ਵਾਸਤੇ ਔਰ ਕੈਨੇਡਾ ਦੇ ਵਿੱਚ ਲੀਗਲੀ ਆਫਿਸ ਖੋਲ੍ਹਣ ਵਾਸਤੇ, ਔਰ ਈਵਨ ਕਿ ਕੈਨੇਡਾ ਤੋਂ ਬਾਹਰ ਜਿਹੜੇ ਕੰਸਲਟੈਂਟ ਨੇ ਉਹਨਾਂ ਨੂੰ ਆਪਣੇ ਕਲਾਇੰਟਸ ਦੇ ਕੇਸਿਸ ਕੈਨੇਡਾ ਦੇ ਵਿੱਚ ਐਮਬੈਸੀ ਦੇ ਵਿੱਚ ਲਾਉਣ ਵਾਸਤੇ ICCRC ਮੈਂਬਰ ਹੋਣਾ ਜ਼ਰੂਰੀ ਹੈਗਾ, ਸਿਰਫ ਉਹੀ ਲੀਗਲੀ ਆਥੋਰਾਈਜ਼ ਨੇ। ਇਸ ਦੇ ਵਾਸਤੇ ਕਾਫੀ ਸਾਰੇ ਇਗਜ਼ਾਮ ਪਾਸ ਕਰਨੇ ਪੈਂਦੇ ਨੇ। ਜਿਹੜਾ ICCRC ਮੈਂਬਰਸ ਦਾ ਨਾਮ ਜਿਹੜਾ ਹੈਗਾ ICCRC ਦੀ ਵੈਬਸਾਈਟ 'ਤੇ ਦੇਖਿਆ ਜਾ ਸਕਦਾ ਹੈ ਔਰ CIC ਦੀ ਜਿਹੜੀ ਕੈਨੇਡੀਅਨ ਅੰਬੈਸੀ ਦੀ ਵੈਬਸਾਈਟ ਜਿਹੜੀ ਹੈਗੀ ਹੈ CIC.GC.CA, ਉਸ ਦੇ ਉੱਪਰ ਵੀ ਜਿਹੜਾ ਆਥੋਰਾਈਜ਼ਡ ਰੈਪ੍ਰਜੈਂਟੇਟਿਵ ਦੀ ਲਿਸਟ ਦੇ ਵਿੱਚ ਸਾਡਾ ਨਾਮ ਦੇਖਿਆ ਜਾ ਸਕਦਾ ਹੈ। ਪਾਇਨੀਅਰ ਇਮੀਗ੍ਰੇਸ਼ਨ ਅੱਜ ਟੌਪ ਰੈਂਕ ਇਮੀਗ੍ਰੇਸ਼ਨ ਐਂਡ ਸਟੂਡੈਂਟ ਵੀਜ਼ਾ ਕੰਪਨੀ 'ਚ ਸ਼ਾਮਿਲ ਹੋ ਚੁੱਕੀ ਹੈ। ਇਹਨਾਂ ਦਾ ਨਾਰਾ ਹੈ ਵੀ ਆਰ ਡਿਫਰੈਂਟ, ਵੀ ਆਰ ਸਿੰਪਲ, ਸਿੰਸੀਅਰ, ਓਨੈਸਟ ਅਤੇ ਕੇਅਰਿੰਗ, ਜਿਸ ਨੇ ਇਸ ਇਮੀਗ੍ਰੇਸ਼ਨ ਕੰਪਨੀ ਨੂੰ ਬਾਕੀ ਇਮੀਗ੍ਰੇਸ਼ਨ ਕੰਪਨੀਜ਼ ਤੋਂ ਵੱਖਰਾ ਬਣਾਇਆ। ਅਸੀਂ ਫੋਰਨ ਯੂਨੀਵਰਸਿਟੀਜ਼, ਕਾਲਜਿਜ SPP ਜਾਂ ਦੂਸਰੇ ਨੋਨ SPP ਜਨਰਲ ਕਾਲਜਿਜ ਯੂਨੀਵਰਸਿਟੀਜ਼ ਦੇ ਆਥੋਰਾਈਜ਼ਡ ਰਿਪ੍ਰਜੈਂਟੇਟਿਵ ਹੈਗੇ ਹੈ, ਲੀਗਲੀ ਤੌਰ 'ਤੇ ਉਹਨਾਂ ਦੇ ਅਪੁਆਇੰਟਡ ਏਜੰਟ ਹੈਗੇ ਹੈ,
ਅਤੇ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਡਾਕੂਮੈਂਟਸ ਭੇਜ ਕੇ ਔਫਰ ਲੈਟਰ ਲੈ ਕੇ ਅਤੇ ਬਾਕੀ ਜ਼ਰੂਰੀ ਕਾਗਜ਼ਾਂ ਦੇ ਨਾਲ ਕਾਨੂੰਨੀ ਤੌਰ 'ਤੇ ਅੰਬੈਸੀ ਦੇ ਵਿੱਚ ਉਹਨਾਂ ਦੇ ਕੇਸ ਲੈ ਕੇ ਉਹਨਾਂ ਨੂੰ ਵੀਜ਼ਾ ਲੈ ਕੇ ਦੇਣਾ। ਸਟੂਡੈਂਟਸ ਦੇ ਵੀਜ਼ਾ ਲੱਗਣ ਤੋਂ ਬਾਅਦ ਪਾਇਨੀਅਰ ਇਮੀਗ੍ਰੇਸ਼ਨ ਦਾ ਕੈਨੇਡਾ ਸਥਿਤ ਆਫਿਸ ਸਟੂਡੈਂਟਸ ਨੂੰ ਪੋਸਟ ਲੈਂਡਿੰਗ ਸਰਵਿਸਿਜ਼ ਵੀ ਦਿਲ ਖੋਲ੍ਹ ਕੇ ਦਿੰਦਾ ਹੈ, ਯਾਨੀ ਕਿ ਸਟੂਡੈਂਟਸ ਦਾ ਕੈਨੇਡਾ ਵਿੱਚ ਵੀ ਪੂਰੀ ਤਰ੍ਹਾਂ ਖਿਆਲ ਰੱਖਿਆ ਜਾਂਦਾ ਹੈ। ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੀ ਹੈ ਇਹ ਕੰਪਨੀ। ਵੈਸੇ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਆਫਿਸ ਖੋਲ੍ਹਣ ਲਈ ICCRC ਮੈਂਬਰ ਹੋਣਾ ਜ਼ਰੂਰੀ ਹੈ। ਜਿੰਨੇ ਵੀ ਮਾਪੇ ਆਪਣੇ ਬੱਚਿਆਂ ਨੂੰ ਪਾਇਨੀਅਰ ਇਮੀਗ੍ਰੇਸ਼ਨ ਦੇ ਵੱਲੋਂ ਪੜ੍ਹਨ ਲਈ ਕੈਨੇਡਾ ਭੇਜਦੇ ਹਨ, ਉਹਨਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਦੇ ਬੱਚਿਆਂ ਦੀ ਜ਼ਰੂਰਤਾਂ ਦਾ ਪੂਰੀ ਤਰ੍ਹਾਂ ਖਿਆਲ ਪਾਇਨੀਅਰ ਇਮੀਗ੍ਰੇਸ਼ਨ ਦੀ ਕੈਨੇਡਾ ਦੀ ਟੀਮ ਰੱਖਦੀ ਹੈ। ਏਅਰਪੋਰਟ ਪਿਕਅਪ ਤੋਂ ਲੈ ਕੇ ਅਕੋਮੋਡੇਸ਼ਨ ਤੋਂ ਲੈ ਕੇ ਕੈਨੇਡੀਅਨ ਐਂਬੈਸੀ ਦੇ ਸਾਰੇ ਮਸਲੇ, ਇਹੀ ਨਹੀਂ PR ਆਪਸ਼ਨ ਦੀ ਗਾਈਡੈਂਸ ਤੱਕ ਪਾਇਨੀਅਰ ਇਮੀਗ੍ਰੇਸ਼ਨ ਸਟੂਡੈਂਟ ਨੂੰ ਪ੍ਰੋਵਾਈਡ ਕਰਦੀ ਹੈ। ਪੇਰੈਂਟਸ ਇੱਥੇ ਆਪਣੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਚਾਅ ਲਾਡ ਅਤੇ ਪਿਆਰ ਨਾਲ ਮਾਣ ਦੇ ਨਾਲ ਰੱਖਦੇ ਨੇ ਆਪਣੇ ਬੱਚਿਆਂ ਨੂੰ। 17-18 ਸਾਲ ਦੇ 20-22 ਸਾਲ ਦੇ ਬੱਚਿਆਂ ਨੇ ਜਾਣਾ ਹੁੰਦਾ ਬਾਹਰ, ਅਤੇ ਜਿਨ੍ਹਾਂ ਦਾ ਉੱਥੇ ਬਾਹਰ ਕੈਨੇਡਾ ਦੇ ਵਿੱਚ ਕੋਈ ਰਿਲੇਟਿਵ ਫਰੈਂਡ ਵਗੈਰਾ ਨਹੀਂ ਹੈਗਾ, ਉਹਨਾਂ ਨੂੰ ਬੜੀ ਚਿੰਤਾ ਹੁੰਦੀ ਹੈ ਕਿ ਉੱਥੇ ਜਾ ਕੇ ਨਵੀਂ ਜਗ੍ਹਾ 'ਤੇ ਨਵੇਂ ਕੰਟਰੀ ਦੇ ਵਿੱਚ ਜਾਣਗੇ ਅਤੇ ਕੌਣ ਖਿਆਲ ਰੱਖੇਗਾ ਏਅਰਪੋਰਟ ਪਿਕਅਪ ਰੈਜੀਡੈਂਸ ਅਰੇਂਜਮੈਂਟ ਵਗੈਰਾ। ਸਾਡੀ ਕੰਪਨੀ ਦਾ ਜਿਹੜਾ ਕੈਨੇਡਾ ਆਫਿਸ ਹੈਗਾ ਉੱਥੇ ਬੱਚਿਆਂ ਦਾ ਏਅਰਪੋਰਟ ਪਿਕਅਪ ਰੈਜੀਡੈਂਸ ਅਰੇਂਜਮੈਂਟ ਹਰ ਤਰ੍ਹਾਂ ਦੀ ਜਿਹੜੀ ਕੇਅਰ ਹੈਗੀ ਹੈ, ਸਟੂਡੈਂਟ ਪਰਮਿਟ ਐਕਸਟੈਂਸ਼ਨ ਹੈਗਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ ਦੇਣਾ ਹੈਗਾ, ਕੋਲਜ ਦੀ ਕੋਈ ਪ੍ਰੋਬਲਮ ਹੈ, ਕੋਲਜ ਦੀ ਕਿਸੇ ਤਰ੍ਹਾਂ ਦੀ ਕੋਰਸ ਦੀ ਪ੍ਰੋਬਲਮ ਹੈਗੀ ਹੈ, ਜਾਂ ਅੰਬੈਸੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਕਰਨੀ ਹੈਗੀ ਹੈ, ਅਤੇ PR ਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਬਦਲਦੇ ਰਹਿੰਦੇ ਨੇ ਵਾਰੀ ਵਾਰੀ ਹਰ ਮਹੀਨੇ ਬਾਅਦ, ਉਹਨਾਂ ਦੀ ਗਾਈਡੈਂਸ ਦੇ ਕੇ, ਫਰੀ ਗਾਈਡੈਂਸ ਦੇ ਕੇ ਉਹਨਾਂ ਦੀ ਬਹੁਤ ਜ਼ਿਆਦਾ ਉੱਥੇ ਕੇਅਰ ਕਰਦੇ ਆ। ਅਤੇ ਹੁਣ ਜਿਹੜੇ ਛੋਟੇ ਬੱਚਿਆਂ ਦੇ ਪੇਰੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਔਰ ਐਪਰੀਹੈਂਸਿਵ ਹੋਣ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਕੈਨੇਡੀਅਨ ਇਮੀਗ੍ਰੇਸ਼ਨ ਤੋਂ ਸ਼ੁਰੂ ਹੋਇਆ ਇਸ ਕੰਪਨੀ ਦਾ ਕਾਰਵਾਂ ਹੁਣ ਹੋਰ ਦੇਸ਼ਾਂ ਤੱਕ ਵੀ ਪੁੱਜ ਗਿਆ ਹੈ, ਅਤੇ ਹੁਣ ਇਹ ਕੰਪਨੀ ਕਈ ਹੋਰ ਕੰਟਰੀਜ਼ ਦੇ ਸਟੂਡੈਂਟ ਵੀਜ਼ਾਜ਼ ਨੂੰ ਵੀ ਪ੍ਰੋਸੈਸ ਕਰਵਾਉਂਦੀ ਹੈ। ਇਸ ਤੋਂ ਇਲਾਵਾ ਪਾਇਨੀਅਰ ਇਮੀਗ੍ਰੇਸ਼ਨ ਲੀਗਲੀ ਔਰ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਹੋ ਕੇ ਕਈ ਹੋਰ ਕੰਟਰੀਜ਼ ਦੇ ਵਿੱਚ ਵੀ ਡੀਲ ਕਰਦੀ ਹੈ, ਜਿੱਥੇ ਸਟੂਡੈਂਟਸ ਦੇ ਤੌਰ 'ਤੇ ਜਾਂ PR ਪਰਮਾਨੈਂਟ ਰੈਜੀਡੈਂਸ ਦੇ ਤੌਰ 'ਤੇ ਭੇਜਦੀ ਹੈ, ਉਸ ਦੇ ਬਾਰੇ ਜਿਹੜਾ ਕਿਹੜੇ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹਾਂ, ਅਤੇ ਸਾਡੇ ਪਾਇਨੀਅਰ ਦੇ ਅਲੱਗ ਅਲੱਗ ਆਫਿਸਿਸ ਦੇ ਵਿੱਚ ਸਾਡੇ ਸਟਾਫ ਨੂੰ ਮਿਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਇਹੀ ਨਹੀਂ, ਨਿਊਜ਼ੀਲੈਂਡ ਦੀ ਵੀ ਆਥੋਰਾਈਜ਼ਡ ਸਰਟੀਫਿਕੇਸ਼ਨ ਹੈ ਡਾਕਟਰ ਗਰਗ ਕੌਰ। ਜੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ EN ਜਿਹੜਾ ਟ੍ਰੇਨਡ ਏਜੰਟ ਆਥੋਰਾਈਜ਼ਡ ਹੁੰਦੇ ਨੇ ਨਿਊਜ਼ੀਲੈਂਡ ਅੰਬੈਸੀ ਵੱਲੋਂ, ਅਤੇ ਪਾਇਨੀਅਰ ਇਮੀਗ੍ਰੇਸ਼ਨ EN ਜਿਹੜਾ ਟ੍ਰੇਨਡ ਏਜੰਟ ਹੈਗੀ ਹੈ, ਔਰ ਬੱਚਿਆਂ ਦੇ ਕੇਸ ਅੰਬੈਸੀ ਦੇ ਵਿੱਚ ਨਿਊਜ਼ੀਲੈਂਡ ਅੰਬੈਸੀ ਦੇ ਵਿੱਚ ਲੀਗਲੀ ਆਥੋਰਾਈਜ਼ਡ ਹੋ ਕੇ ਲਾਉਂਦੀ ਹੈਗੀ ਹੈ ਬੜੇ ਧਿਆਨ ਅਤੇ ਬੜੇ ਖਿਆਲ ਦੇ ਨਾਲ। ਡਾਕਟਰ ਗਰਗ ਅਤੇ ਉਹਨਾਂ ਦੀ ਟੀਮ ਆਏ ਦਿਨ ਕਈ ਸ਼ਹਿਰਾਂ ਵਿੱਚ ਸਟੂਡੈਂਟ ਵੀਜ਼ਾਜ਼ ਲਈ ਸੈਮੀਨਾਰ ਲਾਉਂਦੀ ਹੈ, ਜਿਸ ਵਿੱਚ ਉੱਥੇ ਆਏ ਹਰ ਬੰਦੇ ਨੂੰ ਪਾਇਨੀਅਰ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਇੱਕ ਚੀਜ਼ ਦੱਸੀ ਜਾਂਦੀ ਹੈ ਕਿ ਉਹ ਵੀਜ਼ਾ ਗਰੰਟੀ ਨਹੀਂ ਕਰਦੇ, ਪਰ ਸਾਫ਼, ਪ੍ਰੋਫੈਸ਼ਨਲ, ਸਿੰਸੀਅਰ ਅਤੇ ਓਨੈਸਟ ਡੀਲਿੰਗ ਦੇ ਨਾਲ ਡਿਊ ਕੇਅਰ ਦਾ ਵਾਅਦਾ ਜ਼ਰੂਰ ਕਰਦੇ ਹਨ। ਮੇਰੇ ਕਈ ਫਰੈਂਡਸ ਹੈਗੇ ਹਨ ਜਿਨ੍ਹਾਂ ਨੇ ਪਾਇਨੀਅਰ ਇਮੀਗ੍ਰੇਸ਼ਨ ਤੋਂ ਆਪਣਾ ਵੀਜ਼ਾ ਲਗਵਾਇਆ, ਅਤੇ ਉਹ ਕਾਫ਼ੀ ਸਕਸੈਸਫੁੱਲ ਨੇ, ਆਸਟ੍ਰੇਲੀਆ 'ਚ ਵੀ ਗਏ ਹਾਂ, ਨਿਊਜ਼ੀਲੈਂਡ 'ਚ ਵੀ ਗਏ ਹਾਂ। ਉਹਨਾਂ ਦਾ ਰਿਸਪੋਂਸ ਦੇਖ ਕੇ ਮੈਂ ਆਪਣਾ ਕੇਸ ਲੈ ਕੇ ਆਇਆ ਪਾਇਨੀਅਰ ਵਾਲਿਆਂ ਕੋਲ, ਤਾਂ ਕਿ ਸਾਡਾ ਵੀ ਕੇਸ ਓਕੇ ਹੋ ਸਕੇ। ਕਾਉਂਸਲਿੰਗ ਮੇਰੀ ਹੋ ਗਈ ਹੈ ਅਤੇ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ। ਕੈਨੇਡਾ ਦੇ ਵਿੱਚ ਵੀ ਜਦ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਗੀਤਾਂਜਲੀ ਮੈਡਮ ਨੇ ਹੈਲਪ ਕਰਦੇ ਸੀਗੇ, ਅਤੇ ਉਹਨਾਂ ਨੇ ਜੇ ਕਦੇ ਵੀ ਕੋਈ ਪ੍ਰੋਬਲਮ ਹੁੰਦੀ ਜਿਵੇਂ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਤਾਂ ਉਹਨਾਂ ਨੇ ਹੈਲਪ ਕੀਤੀ। ਉਸ ਤੋਂ ਬਾਅਦ ਮੈਨੂੰ ਵਰਕ ਪਰਮਿਟ ਮਿਲ ਗਿਆ 3 ਸਾਲ ਦਾ। 2014 ਦੇ ਵਿੱਚ ਮੈਂ ਆਪਣੀ PR ਅਪਲਾਈ ਕੀਤੀ ਅਤੇ ਮੇਰੀ PR ਆ ਗਈ। ਫਿਰ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਵੀਜ਼ਾ ਅਪਲਾਈ ਕੀਤਾ ਪਾਇਨੀਅਰ ਇਮੀਗ੍ਰੇਸ਼ਨ ਤੋਂ, ਉਹਦਾ ਵੀਜ਼ਾ ਵੀ ਲੱਗ ਗਿਆ। ਜੋ ਕਹਿੰਦੇ ਨੇ ਉਹ ਸਹੀ ਕਰਦੇ ਨੇ ਇਹ, ਅਤੇ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ, ਚੰਗਾ ਕੰਮ ਕਰਦੇ ਨੇ ਸਾਰੇ। ਇਹਨਾਂ ਦਾ ਸਿੰਸੀਅਰ ਐਫਰਟ ਅਤੇ ਓਨੈਸਟੀ ਹੀ ਹੈ ਜੋ ਕਈ ਸਾਲਾਂ ਤੋਂ ਚੱਲ ਰਹੀ ਇਸ ਕੰਪਨੀ ਦੇ ਸੈਮੀਨਾਰ 'ਚ ਆਇਆ ਹਰ ਵਿਅਕਤੀ ਇਹਨਾਂ ਨੂੰ ਮਿਲਣ ਤੋਂ ਬਾਅਦ ਸੈਟਿਸਫਾਈ ਹੋ ਕੇ ਜਾਂਦਾ ਹੈ। 2003 'ਚ ਸ਼ੁਰੂ ਹੋਈ ਇਸ ਕੰਪਨੀ ਦਾ ਕਾਰਵਾਂ ਮੋਹਾਲੀ ਆਫਿਸ ਤੋਂ ਸ਼ੁਰੂ ਹੋ ਕੇ ਕਈ ਸ਼ਹਿਰਾਂ ਤੱਕ ਪਹੁੰਚ ਗਿਆ ਹੈ, ਅਤੇ ਹੁਣ ਕੰਪਨੀ ਦੀਆਂ ਕਈ ਸ਼ਹਿਰਾਂ ਵਿੱਚ ਬ੍ਰਾਂਚਸ ਹਨ। ਪਾਇਨੀਅਰ ਇਮੀਗ੍ਰੇਸ਼ਨ ਦੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਆਫਿਸਿਸ ਨੇ। ਹੈੱਡ ਆਫਿਸ ਮੋਹਾਲੀ ਦੇ ਵਿੱਚ,
ਬ੍ਰਾਂਚ ਆਫਿਸਿਸ ਮੋਗਾ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ ਔਰ ਬਠਿੰਡਾ ਔਰ ਕਈ ਹੋਰ ਦੂਸਰੇ ਸ਼ਹਿਰਾਂ ਦੇ ਵਿੱਚ ਹੈਗੇ ਨੇ ਔਰ ਕੈਨੇਡਾ ਦੇ ਵਿੱਚ ਸਾਡਾ ਆਫਿਸ ਸੈਸਕਾਟੂਨ ਜਿਹੜਾ ਸਸਕੈਚਵਨ ਪ੍ਰੋਵਿੰਸ ਦੇ ਵਿੱਚ ਔਰ ਬ੍ਰੈਮਟਨ ਜਿਹੜਾ ਹੈ ਓਨਟੈਰੀਓ ਪ੍ਰੋਵਿੰਸ ਦੇ ਵਿੱਚ ਹੈਗਾ ਔਰ ਬੜੇ ਮਾਣ ਦੇ ਨਾਲ ਮੇਰੇ ਡਾਇਰੈਕਟ ਟ੍ਰੇਨਿੰਗ ਦੇ ਵਿੱਚ ਉੱਥੇ ਸਾਰੇ ਜਿਹੜੇ ਮੇਰੇ ਕਲਾਇੰਟਸ ਨੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਇੰਡੀਆ ਵਿੱਚ ਜਿਹੜੇ ਕੰਮ ਹੋਣ ਵਾਲੇ ਹੁੰਦੇ ਨੇ, ਇੱਥੋਂ ਇੰਡੀਆ ਤੋਂ ਐਪਲੀਕੇਸ਼ਨ ਲੱਗਦੀਆਂ ਨੇ, ਇੰਡੀਆ ਤੋਂ ਜਿਹੜੇ ਕਲਾਇੰਟਸ ਨੂੰ ਡਾਕੂਮੈਂਟਸ ਦੇ ਬਾਰੇ ਐਡਵਾਈਜ਼ ਕਰਨਾ ਹੁੰਦਾ, ਸਲਾਹ ਦੇਣੀ ਹੁੰਦੀ ਹੈ, ਉਹ ਇੰਡੀਆ ਦੇ ਆਫਿਸਿਸ ਦੇ ਵਿੱਚ ਕੀਤੇ ਜਾਂਦੇ ਨੇ ਔਰ ਕੈਨੇਡਾ ਦੇ ਵਿੱਚ ਜਿਹੜੀ ਐਪਲੀਕੇਸ਼ਨ ਲੱਗਣੀਆਂ ਨੇ ਔਨਲਾਈਨ ਐਪਲੀਕੇਸ਼ਨਸ ਨੇ ਜਾਂ ਕੈਨੇਡਾ ਤੋਂ ਜਿਹੜੇ ਕੰਮ ਹੋਣ ਵਾਲੇ ਨੇ ਕਲਾਇੰਟਸ ਦੇ, ਉੱਥੇ ਕੈਨੇਡਾ ਦੇ ਆਫਿਸਿਸ ਦੇ ਵਿੱਚ ਸਾਡਾ ਸਟਾਫ ਆਪਣੇ ਕਲਾਇੰਟਸ ਨੂੰ ਗਾਈਡੈਂਸ ਦਿੰਦਾ ਹੈ। ਸੋ ਜੇ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਪੜਾਉਣ ਬਾਰੇ ਸੋਚ ਰਹੇ ਹੋ ਅਤੇ ਜੇ ਤੁਸੀਂ ਸਹੀ ਗਾਈਡ ਦੀ ਤਲਾਸ਼ ਕਰ ਰਹੇ ਹੋ ਜੋ ਪੈਸੇ ਨੂੰ ਨਹੀਂ ਬਲਕਿ ਰਿਲੇਸ਼ਨਸ਼ਿਪ ਨੂੰ ਤਵੱਜੋ ਦਿੰਦਾ ਹੋਵੇ, ਤਾਂ ਤੁਸੀਂ ਪਹੁੰਚ ਜਾਓ ਪਾਇਨੀਅਰ ਇਮੀਗ੍ਰੇਸ਼ਨ ਦੇ ਨੀਅਰੈਸਟ ਆਫਿਸ ਵਿੱਚ। ਪਾਇਨੀਅਰ ਇਮੀਗ੍ਰੇਸ਼ਨ ਦੀ ਟੈਗ ਲਾਈਨ ਹੈ ਵੀ ਆਰ ਡਿਫਰੈਂਟ, ਸੋ ਮੇਰੇ ਵੱਲੋਂ ਇਨਵੀਟੇਸ਼ਨ ਹੈ ਕਮ ਟੂ ਅਵਰ ਆਫਿਸਿਸ ਐਂਡ ਫੀਲ ਦ ਡਿਫਰੈਂਸ ਐਂਡ ਗੈਟ ਓਨੈਸਟ ਐਂਡ ਸਿੰਸੀਅਰ ਸਰਵਿਸਿਸ। ਇਹ ਸੀਗੀ ਜੀ ਇੱਕ ਵੀਡੀਓ ਜਿਹਦੇ ਵਿੱਚ ਅਵੇਅਰਨੈਸ ਦਿੱਤੀ ਗਈ ਹੈ ਕੈਨੇਡਾ ਨੂੰ ਲੈ ਕੇ। ਡਾਕਟਰ ਸਾਹਿਬ ਹੁਣ ਸਮਾਂ ਥੋੜ੍ਹਾ ਹੈਗਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਜਾਂ ਬਾਕੀ ਦੇ ਦੇਸ਼ਾਂ ਦੇ ਵਿੱਚ ਵੀ ਤੁਸੀਂ ਪਾਇਨੀਅਰ ਨੇ ਸਰਵਿਸ ਜਿਹੜੀ ਹੈਗੀ ਸ਼ੁਰੂ ਕੀਤੀ ਹੈ, ਸੋ ਉਹਦੇ ਬਾਰੇ ਥੋੜ੍ਹਾ ਡਿਟੇਲ। ਖਾਸ ਤੌਰ 'ਤੇ ਸੰਧੂ ਸਾਹਿਬ, ਆਸਟ੍ਰੇਲੀਆ ਜਿਹੜਾ ਹੈਗਾ, ਜਿਸ ਤਰ੍ਹਾਂ ਮੈਂ ICCRC ਮੈਂਬਰ, ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਜਿਹੜਾ ਕੈਨੇਡਾ ਗੌਰਮੈਂਟ ਅਤੇ ਕੈਨੇਡਾ ਅੰਬੈਸੀ ਵੱਲੋਂ ਮਨਜ਼ੂਰ ਸ਼ੁਦਾ ਕੰਸਲਟੈਂਟ, ਇਸੇ ਤਰ੍ਹਾਂ ਆਸਟ੍ਰੇਲੀਆ ਵਾਸਤੇ ਮਾਰਾ ਏਜੰਟ ਜਾਂ ਮਾਰਾ ਮੈਂਬਰ ਹੀ ਜਿਹੜਾ ਆਸਟ੍ਰੇਲੀਅਨ ਗੌਰਮੈਂਟ ਅਤੇ ਆਸਟ੍ਰੇਲੀਅਨ ਅੰਬੈਸੀ ਵੱਲੋਂ ਮਨਜ਼ੂਰ ਸ਼ੁਦਾ ਹੁੰਦੇ ਨੇ। ਸਾਡੇ ਮੈਡਮ ਜੈਚੀ ਜਿਹੜੇ ਨੇ ਉਹ ਜਿਹੜੇ ਨੇ ਸਾਡੇ ਪਾਇਨੀਅਰ ਦੇ ਮੈਂਬਰ, ਉਹ ਮਾਰਾ ਮੈਂਬਰ ਨੇ, ਉਹ ਆਸਟ੍ਰੇਲੀਆ ਦੀ ਕਿਸੇ ਵੀ ਤਰ੍ਹਾਂ ਦੀ ਵੀਜ਼ਾ ਦੀ ਸਰਵਿਸਿਜ਼ ਵਾਸਤੇ ਵੈਲਕਮ। ਇਸ ਦੇ ਇਲਾਵਾ ਨਿਊਜ਼ੀਲੈਂਡ, ਯੂਰਪ ਅਤੇ ਸਿੰਗਾਪੁਰ ਦੇ ਵਿੱਚ ਵੀ ਅਸੀਂ ਡੀਲ ਕਰਦੇ ਹਾਂ, ਉਸ ਦੇ ਵਾਸਤੇ ਵੀ ਵੈਲਕਮ ਹੈ ਜੀ। ਅਤੇ ਸੈਮੀਨਾਰਸ ਜਿਸ ਤਰ੍ਹਾਂ ਅਰੇਂਜ ਕਰਦੇ ਪਏ ਹਾਂ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਡਿਸਕਸ਼ਨ ਕਰ ਸਕਦੇ ਹਾਂ। GNM ਮੈਡੀਕਲ ਦੇ ਜਿਹੜੇ MBBS, BAMS ਔਰ BDS, BPT ਬੈਚਲਰ ਇਨ ਫਿਜੀਓਥੈਰੇਪੀ, GNM, BSc ਨਰਸਿੰਗ, ਇਸ ਤਰ੍ਹਾਂ ਦੇ ਸਟੂਡੈਂਟ ਜਾਂ ਮਾਸਟਰਸ ਜਿਹੜੇ ਨੇ, MTech ਹੈਗੇ ਆ, MCA, MBA, MCOM, MTech ਕੰਪਿਊਟਰ, MTech ਇਲੈਕਟ੍ਰੋਨਿਕਸ, MTech ਜਿਹੜੇ ਹੈਗੇ ਨੇ ਇਲੈਕਟ੍ਰੀਕਲਸ, ਜਿੰਨੇ ਵੀ ਜਿਹੜੇ ਫੀਲਡ ਦੇ ਨੇ ਮਾਸਟਰਸ ਜਿਹੜੇ ਨੇ, ਵੈਲਕਮ। ਉਹਨਾਂ ਦੇ ਵੀਜ਼ਾ ਦੇ ਹਾਈ ਚਾਂਸਿਸ ਔਰ ਬਹੁਤ ਜ਼ਿਆਦਾ ਉੱਥੇ ਕੈਨੇਡਾ ਦੀ ਸਕੋਪ, ਔਰ ਖਾਸ ਤੌਰ 'ਤੇ ਉੱਥੇ ਜਾ ਕੇ ਪੜ੍ਹਨ ਦੇ ਨਾਲ ਜਿਹੜੇ ਗ੍ਰੈਜੂਏਟਸ ਜਾਂ ਮਾਸਟਰਸ ਨੇ ਇਹਨਾਂ ਦੀ PR ਬੜੀ ਜਿਹੜੀ ਹੈ ਸੌਖੀ ਹੁੰਦੀ ਹੈ। ਵੈਲਕਮ ਜੀ। ਜੀ ਇੱਕ ਵਾਰ ਫਿਰ ਚੱਲਦੇ ਤੁਹਾਨੂੰ ਦੱਸ ਦਈਏ ਜੀ ਕਿ ਪਾਇਨੀਅਰ ਇਮੀਗ੍ਰੇਸ਼ਨ ਵੱਲੋਂ 19 ਤੋਂ ਲੈ ਕੇ 19 ਸਤੰਬਰ ਤੋਂ ਲੈ ਕੇ 29 ਤੱਕ ਸੈਮੀਨਾਰ ਨੇ। 19 ਨੂੰ ਲੁਧਿਆਣਾ ਜੀ, 22 ਨੂੰ ਚੰਡੀਗੜ੍ਹ, 25 ਨੂੰ ਬਰਨਾਲਾ, 26 ਨੂੰ ਬਠਿੰਡਾ, 27 ਨੂੰ ਪਟਿਆਲਾ ਹੈਗਾ, 29 ਨੂੰ ਫਿਰ ਚੰਡੀਗੜ੍ਹ ਹੈਗਾ। ਇਹਨਾਂ ਸੈਮੀਨਾਰਾਂ ਦੇ ਵਿੱਚ ਜਾ ਕੇ ਤੁਸੀਂ ਕੈਨੇਡਾ ਨੂੰ ਲੈ ਕੇ, ਆਸਟ੍ਰੇਲੀਆ ਨੂੰ ਲੈ ਕੇ, ਨਿਊਜ਼ੀਲੈਂਡ ਨੂੰ ਲੈ ਕੇ ਜਾਂ ਸਿੰਗਾਪੁਰ ਨੂੰ ਲੈ ਕੇ ਕੋਈ ਵੀ ਜਾਣਕਾਰੀ ਲੈਣੀ ਸਾਹਿਬ। ਖਾਸ ਤੌਰ 'ਤੇ ਰਿਫਿਊਜ਼ਲ ਨੂੰ ਲੈ ਕੇ ਬੜੇ ਸਟੂਡੈਂਟ ਟੈਨਸ਼ਨ 'ਚ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ, ਵਰਿਡ ਹੁੰਦੇ ਨੇ। ਕੋਈ ਪ੍ਰੋਬਲਮ ਨਹੀਂ, 2-3-4 ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ੇ ਲੱਗਦੇ ਨੇ, ਕੋਈ ਪ੍ਰੋਬਲਮ ਨਹੀਂ ਹੈਗੀ। ਵੈਲਕਮ ਅਤੇ ਬੜੀ ਹਾਈ ਸਕਸੈਸ ਰੇਟ, ਆਮ ਛੋਟੀ ਛੋਟੀਆਂ ਗਲਤੀਆਂ ਦੇ ਕਰਕੇ, ਸਮਾਲ ਮਿਸਟੇਕ ਮਿਸਪੋਇਲ ਯੋਰ ਕੇਸ, ਗ੍ਰੈਜੂਏਟਸ ਨੂੰ PG ਕੋਰਸ ਹੀ ਪੋਸਟ ਗ੍ਰੈਜੂਏਟ ਹੀ ਦੇਵਾਂਗੇ, ਪੋਸਟ ਸੈਕੰਡਰੀ 'ਚ ਪਾ ਦਿੱਤਾ ਜਾਂਦਾ, ਰਿਫਿਊਜ਼ਲ ਹੁੰਦੀ ਹੈ, ਇਹੋ ਜਿਹੀ ਗਲਤੀਆਂ ਨੂੰ ਸੁਧਾਰ ਕੇ ਬਹੁਤ ਹਾਈ ਵੀਜ਼ਾ ਸਕਸੈਸ ਰੇਟ। ਵੈਲਕਮ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਦਰਸ਼ਕਾਂ ਦਾ ਵੀ ਸ਼ੁਕਰੀਆ, ਅਗਲੇ ਹਫ਼ਤੇ ਮਿਲਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਲੈਂਡਮਾਰਕ ਇਮੀਗ੍ਰੇਸ਼ਨ ਇੱਕ ਵਾਰੀ ਫੇਰ ਤੋਂ ਲੈ ਕੇ ਆਇਆ ਹੈ ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ ਸਪਟੈਂਬਰ 2019, ਜਿਹਦੇ 'ਚ ਤੁਸੀਂ ਵੱਖ ਵੱਖ ਕਾਲਜ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ। ਓਵਰਆਲ 6 ਬੈਂਡ 'ਤੇ ਆਫਰ ਲੈਟਰ ਅਪਲਾਈ ਕਰ ਸਕਦੇ ਹੋ। ਸਰਕਾਰੀ ਕਾਲਜਾਂ 'ਚ ਕੈਨੇਡਾ, USA, ਜਰਮਨੀ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ, ਸਟਾਰਟਿੰਗ ਫਰੋਮ 18 ਸਪਟੈਂਬਰ ਨੂੰ ਅੰਮ੍ਰਿਤਸਰ 'ਚ, 19 ਸਪਟੈਂਬਰ ਨੂੰ ਜਲੰਧਰ 'ਚ, 20 ਸਪਟੈਂਬਰ ਨੂੰ ਲੁਧਿਆਣਾ, 21 ਸਪਟੈਂਬਰ ਨੂੰ ਚੰਡੀਗੜ੍ਹ, 22 ਸਪਟੈਂਬਰ ਨੂੰ ਦਿੱਲੀ, 24 ਸਪਟੈਂਬਰ ਵਡੋਦਰਾ ਔਰ 25 ਸਪਟੈਂਬਰ ਨੂੰ ਸੂਰਤ ਵਿੱਚ।